ਭਾਖੜਾ ਡੈਮ ਤੋਂ ਛੱਡੇ ਪਾਣੀ ਦੇ ਕਾਰਨ ਫਿਰੋਜ਼ਪੁਰ ਇਲਾਕੇ ਵਿੱਚ ਸਤਲੁਜ ਦਰਿਆ ਦੇ ਪਾਣੀ ਦਾ ਦਬਾਅ ਵੱਧ ਚੁੱਕਾ ਹੈ। ਉਸ ਦੇ ਕਾਰਨ ਕਈ ਪਿੰਡ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਹਨ। ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ। ਦੂਰੋਂ ਦੂਰੋਂ ਸੰਗਤ ਲਿਆ ਕੇ ਰਾਸ਼ਨ ਸਮੱਗਰੀ ਵੰਡ ਰਹੀ ਹੈ ਅਤੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਹੈ। ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਉਹ ਤੁਰੰਤ ਜਾਇਜ਼ਾ ਲਵੇ ਅਤੇ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕਰੇ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਵੀ ਦੇਵੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਝੋਨੇ ਦੀ ਫਸਲ 'ਤੇ 20,000 ਰੁਪਇਆ ਲਾ ਚੁੱਕੇ ਹਨ। ਜਿਨ੍ਹਾਂ ਨੇ ਪੈਲੀ ਠੇਕੇ 'ਤੇ ਲਈ ਹੈ ਉਹਨਾਂ 40-50,000 ਰੁਪਇਆ ਠੇਕਾ ਵੀ ਦਿੱਤਾ ਹੈ। ਜੀਰਾ ਤੋਂ ਗੁਰਪ੍ਰੀਤ ਭੁੱਲਰ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਇਹ ਜਿਹੜੀਆਂ ਫਸਲਾਂ ਡੁੱਬ ਚੁੱਕੀਆਂ ਕਿਹੜੇ ਕਿਹੜੇ ਪਿੰਡਾਂ ਦੀਆਂ ਜੀ? ਇਹ ਜੀ ਫਤਿਹਗੜ੍ਹ ਸਭਰਾ ਹੈ, ਰਾਜੀ ਸਭਰਾ, ਜਿੱਥੇ ਆਪਾਂ ਖਲੋਤੇ ਹਾਂ। ਇੱਥੇ ਗੱਟਾ ਬਾਦਸ਼ਾਹ ਵੀ ਵਿੱਚ ਪੈਂਦਾ, ਇੱਧਰ ਥੱਲੇ ਆਲੇ ਵਾਲਾ, ਰੋਡੇ ਜੱਲੇ ਵਾਲਾ, ਸਾਰੀਆਂ ਜ਼ਮੀਨਾਂ ਨੇ ਜੀ ਟੋਟਲੀ ਪਿੰਡਾਂ ਦੀਆਂ ਜੋ ਬਰਬਾਦ ਹੋ ਚੁੱਕੀਆਂ ਨੇ। ਇਹ ਕਿੰਨੇ ਦਿਨ ਹੋ ਗਏ ਪਾਣੀ ਚੱਲਦੇ? 6 ਦਿਨ ਹੋ ਗਏ ਪਾਣੀ ਚੱਲਦੇ ਨੂੰ ਇੱਥੇ। ਜਿੱਦਣ ਦਾ ਪਾਣੀ ਆਇਆ ਉੱਦਣ ਦਾ ਕੋਈ ਪ੍ਰਸ਼ਾਸਨ ਨੇ ਤੁਹਾਡੀ ਆਣ ਕੇ ਬਾਤ ਪੁੱਛੀ ਆ ਤੁਹਾਨੂੰ ਕੋਈ? ਪ੍ਰਸ਼ਾਸਨ ਤਾਂ ਕਪਟਨ ਸਾਹਿਬ ਆਉਂਦੇ ਨੇ ਸੁਲਤਾਨਪੁਰ ਸਾਹਿਬ ਵੱਲ, ਅਤੇ ਉੱਧਰ ਹੀ ਸਾਰਾ ਪ੍ਰਸ਼ਾਸਨ ਜਾਂਦਾ, ਇੱਧਰ ਤੱਕ ਆਉਂਦਾ ਹੀ ਨਹੀਂ ਗਾ। ਇੱਧਰ ਤਾਂ ਮਾੜਾ ਮੋਟ ਆ, SDM ਆ ਗਿਆ, ਤਹਿਸੀਲਦਾਰ ਆ ਗਿਆ, ਉਹ ਵੀ ਆ ਸੜਕਾਂ 'ਤੇ ਗੇੜੇ ਕੱਢਦੇ ਨੇ। ਇੱਧਰ ਕੋਈ ਨਹੀਂ ਬੋਰ ਦਾ ਵਿੱਚ ਪਾਣੀ ਦੇ ਲੋਕਾਂ ਨੂੰ ਵੇਖਣ ਜਿਹੜੇ ਵਿੱਚ ਬੈਠੇ ਨੇ ਘਰ, ਜਿਨ੍ਹਾਂ ਦੇ ਪੱਠੇ ਤੂੜੀਆਂ ਸਾਰਾ ਕੁਝ ਖਰਾਬ ਹੋ ਗਿਆ। ਅਤੇ ਜਿਹੜਾ ਵਿੱਚ ਲੋਕਾਂ ਦੇ ਘਰ ਆ, ਕਈਆਂ ਦੇ ਡੁੱਬ ਚੁੱਕੇ, ਉਹਨਾਂ ਵਾਸਤੇ ਰੋਟੀ ਪਾਣੀ ਦਾ ਪ੍ਰਬੰਧ ਉਹ ਤਾਂ ਹੁਣ ਪਿੰਡਾਂ ਵਾਲੇ ਕਰਦੇ, ਜਿਵੇਂ ਆ ਭਾਈਵਾਲ ਹੈ, ਜਿਵੇਂ ਕੋਈ ਕਿਸੇ ਦਾ ਭਾਈਵਾਲ ਹੈ, ਚਾਚੇ ਤਾਏ ਨੇ, ਇੱਧਰ ਪਿੰਡਾਂ 'ਚ ਵੀ ਬੈਠੇ, ਪ੍ਰਸ਼ਾਸਨ ਦੀ ਉਹ ਹੀ ਰੋਟੀ ਪਾਣੀ ਪਹੁੰਚਾਉਂਦੇ। ਜਿਹੜਾ ਸੁਲਤਾਨਪੁਰ ਏਰੀਆ ਜਿਵੇਂ ਉਹਨਾਂ ਨੇ ਫੌਜ ਲਾਈ ਹੋਈ ਆ ਜਾਂ ਹੋਰ ਏਜੰਟਾਂ ਲਾਈਆਂ, ਤੁਹਾਡੀ ਇੱਥੇ ਕੋਈ ਵੀ BSF ਜਾਂ ਕੋਈ ਫੌਜ ਦੀ ਕੋਈ ਜੁੰਟ ਨਹੀਂ ਆਈ? ਨਹੀਂ ਨਹੀਂ ਜੁੰਟਾਂ ਨਹੀਂ, ਇਹਨਾਂ ਛੋਟੇ ਛੋਟੇ ਕੰਪ ਬਣਾਏ ਨੇ ਪਿੰਡਾਂ 'ਚ, ਸਕੂਲਾਂ 'ਚ, ਉਹ ਮੁਲਾਜ਼ਮ ਉੱਥੋਂ ਬਹਿ ਕੇ ਮੁੜ ਜਾਂਦੇ ਨੇ। ਇੱਥੇ ਸੁੱਕੇ ਥਾਂ ਤੋਂ ਮੁੜਦੇ ਨੇ, ਹੋਰ ਕੋਈ ਆਣ ਕੇ ਇੱਥੇ ਵੇਂਹਦਾ ਨਹੀਂ ਗਾ। ਲੋਕ ਕਿੰਨੇ ਦੁਖੀ ਨੇ ਅਤੇ ਵੀ ਕੀ ਇੱਥੇ ਗੱਲ ਹੈ, ਕਿਵੇਂ ਝੋਨਾ ਬਰਬਾਦ ਹੋਇਆ, ਚਰੀਆਂ ਵੀ ਬਰਬਾਦ ਹੋ ਗਈਆਂ ਨੇ। ਜਿਹੜਾ ਝੋਨੇ ਦਾ ਖਰਚਾ ਉਹ 20,000 ਰੁਪਇਆ ਖਰਚਾ ਲੱਗ ਚੁੱਕਾ ਹੈ, 50,000 ਤੇ ਲੋਕਾਂ ਨੇ ਠੇਕੇ ਲਈਆਂ ਨੇ, ਉਹ ਉਸ ਜ਼ਿਮੀਂਦਾਰ ਦਾ 70,000 ਦਾ, ਜਿਹੜਾ 1 ਕਿੱਲੇ ਦੇ ਹਿਸਾਬ ਨਾਲ ਬਰਬਾਦੀ ਹੋ ਚੁੱਕੀ ਹੈ। ਅਤੇ ਸਰਕਾਰ ਨੇ ਕੀ ਦੇਣਾ? ਪਿੱਛੇ ਵੀ ਮੁਆਵਜ਼ੇ ਸਰਕਾਰਾਂ ਦਿੰਦੀਆਂ ਰਹੀਆਂ ਨੇ, ਪਟਵਾਰੀ ਕਾਨੂੰ ਕੋਲ 500 ਰੁਪਇਆ ਲੈ ਕੇ ਚਲੇ ਜਾਂਦੇ ਨੇ ਕਿੱਲੇ ਦੇ ਹਿਸਾਬ ਨਾਲ, ਪਿੱਛੇ ਵੀ ਸਾਡੇ ਗਲੇਡੂ ਹੀ ਪੁੱਜਦੀਆਂ ਨੇ। ਇਹ ਕਿੰਨੀਆਂ ਫਸਲਾਂ ਡੁੱਬ ਚੁੱਕੀਆਂ ਅੱਜ? ਇਹ ਤਾਂ ਬੜੀ ਵਾਰ ਜੀ, ਸਾਰੀ ਉਮਰ ਹੀ ਲੰਘ ਗਈ, 88 ਦੇ ਪਾਣੀ ਵਾਰ ਵੀ ਡੁੱਬੀਆਂ, ਬਾਅਦ 'ਚ ਵੀ ਇਹ ਜਦੋਂ ਕਿਤੇ ਆਉਂਦਾ ਪਾਣੀ ਇਹ ਮਾਰ ਦੇ ਥੱਲੇ ਹੀ ਹੈ, ਸਮਝ ਲਓ ਦਰਿਆ ਦੇ ਮੂੰਹ ਦੇ ਵਿੱਚ ਹੀ ਹੈ। ਦੋ ਦਰਿਆਵਾਂ ਜਿਵੇਂ ਸਤਲੁਜ ਅਤੇ ਬਿਆਸ ਰਲਦੇ ਨੇਰੀ ਗਿਆਂ ਤੋਂ, ਉੱਥੋਂ ਆਣ ਕੇ ਜਿਵੇਂ ਉਹ ਨਹਿਰਾਂ ਨੇ ਦੋ, ਉਹਨਾਂ 'ਚ 35,000 ਫੂਸ ਪਾਣੀ ਚੱਲਦਾ, ਪਰ ਉੱਧਰ ਨਹੀਂ ਛੱਡਦੇ, ਉਹਨਾਂ ਨੂੰ ਬੰਦ ਕੀਤਾ ਜਾਂਦਾ, ਛੋਟੀਆਂ ਨਹਿਰਾਂ ਉਹ ਵੀ ਬੰਦ ਕੀਤੀਆਂ ਜਾਂਦੀਆਂ ਨੇ, ਅਤੇ ਇਸ ਕਰਕੇ ਸਾਰਾ ਪਾਣੀ ਇੱਧਰ ਛੱਡਿਆ ਜਾਂਦਾ ਜਿੰਨਾ ਹੈਗਾ। ਤੁਸੀਂ ਅੱਜ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਨੇ ਵੀ ਹਰ ਜ਼ਿਮੀਂਦਾਰ ਨੂੰ ਕਿੱਲੇ ਦੇ ਹਿਸਾਬ ਨਾਲ 50,000 ਦੇ ਹਿਸਾਬ ਨਾਲ ਮੁਆਵਜ਼ਾ ਦੇਵੇ, ਤਦ ਵੀ ਪੂਰਾ ਨਹੀਂ ਹੋ ਸਕਦਾ। ਪਰ ਜ਼ਿਮੀਂਦਾਰ ਗਾਂ ਕਣਕ ਬੀਜਣ ਜੋਗੇ ਹੋ ਜਾਣ ਅਤੇ ਆਪਦੇ ਪੱਠੇ ਡੰਗਰਾਂ ਨੂੰ ਪਾਲਣ ਜੋਗੇ, ਜੀਆਂ ਨੂੰ ਪਾਲਣ ਜੋਗੇ ਹੋ ਜਾਣ, ਅਸੀਂ ਤਾਂ 50,000 ਰੁਪਇਆ ਕਿੱਲੇ ਦੀ ਮੰਗ ਕਰਨੇ ਹਾਂ। ਅਸੀਂ ਤਾਂ ਯੂਨੀਅਨ ਵਾਲੇ ਅੱਗੇ ਵੀ ਧਰਮਕੋਟ ਵੀ ਜਾ ਕੇ ਧਰਨਾ ਲਾਇਆ ਸੀ, ਉੱਥੇ ਵੀ ਉਹ ਮੰਗ ਕੀਤੀ ਸੀ, SDM ਵਿੱਚੇ ਭੱਜ ਗਿਆ ਛੱਡ ਕੇ ਜਦੋਂ ਤੋਂ ਮੰਗਿਆ ਵੀ ਬੇੜੀਆਂ ਸਾਰਾ ਕੁਝ ਮੰਗਿਆ। ਇਸ ਕਰਕੇ ਇੱਥੇ ਵੀ ਇਹੋ ਮੰਗ ਕਰਨੇ ਹਾਂ ਵੀ 50,000 ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ, ਜਿਹੜਾ ਕਿਸਾਨਾਂ ਦਾ ਕੁਛ ਫਾਇਦਾ ਹੋ ਜਾਵੇ, ਜੋ ਕਣਕ ਦਾ ਬੀਜ ਲੈਣ ਗਾਂ। ਲੈਫਟੀਨੈਂਟ ਜਨਰਲ GS
ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ